ਫਾਜ਼ਿਲਕਾ ਦੇ ਪਿੰਡ ਹੀਰਾਵਾਲੀ ਦੇ ਵਿੱਚ ਲੱਗਣ ਜਾ ਰਹੀ ਸ਼ਰਾਬ ਫੈਕਟਰੀ ਦੇ ਵਿਰੋਧ ਦੇ ਵਿੱਚ ਚੱਲ ਰਹੇ ਧਰਨੇ ਨੂੰ ਨੰਬਰਦਾਰ ਯੂਨੀਅਨ ਅਤੇ ਪਿੰਡ ਬਚਾਓ ਪੰਜਾਬ ਬਚਾਓ ਯੂਨੀਅਨ ਨੇ ਦਿੱਤਾ ਸਮਰਥਨ। ਫਾਜ਼ਿਲਕਾ ਦੇ ਪਿੰਡ ਹੀਰਾਵਾਲੀ ਦੇ ਵਿੱਚ ਲੱਗਣ ਜਾ ਰਹੀ ਸ਼ਰਾਬ ਫੈਕਟਰੀ ਦੇ ਵਿਰੋਧ ਦੇ ਵਿੱਚ ਚੱਲ ਰਹੇ ਧਰਨੇ ਨੂੰ ਅੱਜ ਫਾਜ਼ਿਲਕਾ ਜ਼ਿਲ੍ਹੇ ਦੀ ਨੰਬਰਦਾਰ ਯੂਨੀਅਨ ਅਤੇ ਪਿੰਡ ਬਚਾਓ ਪੰਜਾਬ ਬਚਾਓ ਯੂਨੀਅਨ ਵੱਲੋਂ ਸਮਰਥਨ ਦਿੱਤਾ ਗਿਆ। ਇਸ ਗੱਲ ਦੀ ਜਾਣਕਾਰੀ ਪਿੰਡ ਹੀਰਾਵਾਲੀ ਦੇ ਸਰਪੰਚ ਅਨਿਲ ਕੁਮਾਰ ਵੱਲੋਂ ਅੱਜ ਪੱਤਰਕਾਰਾਂ ਨੂੰ ਦਿੱਤੀ ਗਈ। ਉਹਨਾਂ ਨੇ ਕਿਹਾ ਕਿ ਹੁਣ ਤੱਕ ਉਹਨਾਂ ਨੂੰ 30 ਪਿੰਡਾਂ ਦੀਆਂ ਪੰਚਾਇਤਾਂ 7 ਕਿਸਾਨ ਜਥੇਬੰਦੀਆਂ ਅਤੇ 8 ਸਮਾਜ ਸੇਵੀ ਸੰਸਥਾਵਾਂ ਵੱਲੋਂ ਸਮਰਥਨ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਲਗਾਤਾਰ ਸੰਸਥਾਵਾਂ ਅਤੇ ਲੋਕ ਉਹਨਾਂ ਦੇ ਧਰਨੇ ਦੇ ਨਾਲ ਜੁੜ ਰਹੇ ਹਨ ਅਤੇ ਇਸ ਸ਼ਰਾਬ ਫੈਕਟਰੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਮੈਂ ਅਨਿਲ ਕੁਮਾਰ, ਸਰਪੰਚ ਗ੍ਰਾਮ ਪੰਚਾਇਤ ਹੀਰਾਵਾਲੀ। ਅੱਜ ਜਿਹੜਾ ਸ਼ਰਾਬ ਫੈਕਟਰੀ ਦੇ ਵਿਰੋਧ ਧਰਨਾ ਜਿਹੜਾ ਸਾਡਾ ਲੱਗਿਆ ਹੋਇਆ ਉਹ 30 ਦਿਨ ਪੂਰੇ ਹੋ ਗਏ ਹੈ ਅਤੇ ਅੱਜ ਸਾਨੂੰ ਫਾਜ਼ਿਲਕਾ ਜ਼ਿਲ੍ਹੇ ਦੀ ਜਿਹੜੀ ਨੰਬਰਦਾਰ ਯੂਨੀਅਨ ਹੈ ਉਹਨਾਂ ਨੇ ਸਾਨੂੰ ਆ ਕੇ ਆਪਣਾ ਸਮਰਥਨ ਪੱਤਰ ਦਿੱਤਾ ਅਤੇ ਅੱਜ ਪੰਜਾਬ ਪਿੰਡ ਬਚਾਓ ਪੰਜਾਬ ਬਚਾਓ ਜਿਹੜੀ ਯੂਨੀਅਨ ਹੈ ਉਹਨਾਂ ਨੇ ਵੀ ਸਾਨੂੰ ਸਮਰਥਨ ਦਿੱਤਾ। ਹੁਣ ਤੱਕ ਕੁੱਲ ਕਿੰਨੇ ਸਮਰਥਨ ਮਿਲ ਚੁੱਕੇ ਨੇ ਸਾਨੂੰ? ਅੱਜ ਤੱਕ 30 ਪੰਚਾਇਤ ਗ੍ਰਾਮ ਪੰਚਾਇਤਾਂ ਅਤੇ 7 ਕਿਸਾਨ ਜਥੇਬੰਦੀਆਂ ਅਤੇ 8 ਜਿਹੜੀ ਸਮਾਜ ਸੇਵੀ ਸੰਸਥਾਵਾਂ ਹੈ ਜਿਵੇਂ ਬ੍ਰਾਹਮਣ ਸਮਾਜ ਹੋ ਗਈ, ਪਿੰਡ ਬਚਾਓ ਨੰਬਰਦਾਰ ਯੂਨੀਅਨ ਅਤੇ ਕਿਸਾਨ ਮਜ਼ਦੂਰ ਯੂਨੀਅਨ ਹੈ, ਉਹਨਾਂ ਨੇ ਵੀ ਸਾਨੂੰ ਸਮਰਥਨ ਦਿੱਤਾ।